ਵਿਨੋਦ ਹੰਸ, ਜ਼ਿਲ੍ਹਾ ਮਹਾਂਮੰਤਰੀ ਭਗਵਾਨ ਵਾਲਮੀਕਿ ਸਭਾ ਰਜਿਸਟਰਡ ਸ਼ਾਹਪੁਰ ਦਾ ਨੁਮਾਇੰਦਾ ਹਾਂ। ਮੈਂ ਅੱਜ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਝੰਡਾ ਲਹਿਰਾਇਆ ਗਿਆ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ, ਇਹ ਲਾਲ ਰੰਗ ਦਾ ਝੰਡਾ ਲਹਿਰਾਇਆ ਗਿਆ, ਜਿਹੜਾ ਕਿ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਦਰਬਾਰ 'ਤੇ ਹਮੇਸ਼ਾ ਹੀ ਲਾਲ ਰੰਗ ਦਾ ਝੰਡਾ ਚੜ੍ਹਦਾ। ਇਸ ਤੋਂ ਪਹਿਲਾਂ ਕੁਛ ਲੋਕਾਂ ਨੇ ਇੱਥੇ ਨੀਲੇ ਰੰਗ ਦਾ ਝੰਡਾ ਚੜ੍ਹਾ ਦਿੱਤਾ ਸੀ, ਉਹ ਬਹੁਤ ਮਾੜੀ ਗੱਲ ਸੀ, ਕਿਉਂਕਿ ਇੱਥੇ ਪਹਿਲਾਂ ਵੀ ਲਾਲ ਰੰਗ ਦਾ ਝੰਡਾ ਚੜ੍ਹਦਾ ਸੀਗਾ ਔਰ ਉਸਦੇ ਨਾਲ ਭਗਵਾਨ ਵਾਲਮੀਕਿ ਜੀ ਮਹਾਰਾਜ ਦੀ ਇਸ ਵੇਲੇ ਝੰਡਾ ਚੜ੍ਹਾਉਣ ਦੇ ਨਾਲ ਸ਼ਾਨ ਵਧੀਆ। ਅਤੇ ਸਭ ਤੋਂ ਪਹਿਲਾਂ ਇੱਥੇ ਮੰਤਰ ਪੜ੍ਹਿਆ ਗਿਆ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਔਰ ਉਸ ਤੋਂ ਬਾਅਦ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਹ ਝੰਡਾ ਲਹਿਰਾਇਆ ਤਰਸੇਮ ਲਾਲ ਜੀ ਆਦਿਆ, ਜਿਹੜੇ ਕਿ ਸਾਡੇ ਜ਼ਿਲ੍ਹਾ ਭਗਵਾਨ ਵਾਲਮੀਕਿ ਸਭਾ ਦੇ ਪ੍ਰਧਾਨ ਆ, ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਸਾਰਾ ਕੁਛ ਕੀਤਾ ਗਿਆ। ਬਾਕੀ ਜਿਹੜੇ ਦੂਜੇ ਸ਼ਹਿਰਾਂ ਦੇ ਵਿੱਚੋਂ ਆਏ ਆ ਸਾਡੇ ਨੁਮਾਇੰਦੇ ਅੰਮ੍ਰਿਤਸਰ ਤੋਂ ਵਾਲਮੀਕ ਆਸ਼ਰਮ ਤੋਂ, ਔਰ ਉਹਨਾਂ ਦਾ ਮੈਂ ਭਗਵਾਨ ਵਾਲਮੀਕ ਸਭਾ ਵੱਲੋਂ ਬਹੁਤ ਹੀ ਧੰਨਵਾਦੀ ਹਾਂ ਕਿ ਉਹ ਜਲੰਧਰ ਵਾਲਿਆਂ ਦਾ ਵੀ ਬੜਾ ਧੰਨਵਾਦੀ ਹਾਂ ਕਿ ਜਿਹੜੇ ਇੱਥੇ ਸ਼ਾਹਪੁਰ ਦੇ ਵਿੱਚ ਜਿੰਨੇ ਕਦਮ ਚੱਲ ਕੇ ਆਏ ਸਾਡੇ ਸਿਰ 'ਤੇ ਚੜ੍ਹ ਕੇ ਆਏ, ਔਰ ਮੈਂ ਕਪੂਰਥਲੇ ਵਾਲਿਆਂ ਦਾ ਖਾਸ ਤੌਰ 'ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਇੱਥੇ ਆ ਕੇ ਸ਼ਿਰਕਤ ਕੀਤੀ ਅਤੇ ਔਰ ਇਸ ਝੰਡੇ ਦੀ ਸ਼ਾਨ ਨੂੰ ਵਧਾਇਆ। ਇੰਨਾ ਕਹਿੰਦਾ ਹੋਇਆ ਮੈਂ ਭਗਵਾਨ ਵਾਲਮੀਕਿ ਸਭਾ ਵੱਲੋਂ ਸਾਰੀ ਜਨਤਾ ਦਾ ਧੰਨਵਾਦ ਕਰਦਾ ਔਰ ਸਾਰੀ ਜਨਤਾ ਨੂੰ ਇੱਥੇ ਪਹੁੰਚਣ 'ਤੇ ਉਹਨਾਂ ਲੱਖ ਲੱਖ ਵਧਾਈ ਦਿੰਦਾ ਕਿ ਭਗਵਾਨ ਵਾਲਮੀਕਿ ਸਭਾ ਸ਼ਾਹਪੁਰ ਇਹਨਾਂ ਦੀ ਹਮੇਸ਼ਾ ਦੀ ਨਹੀਂ ਰਹੇਗੀ। ਜੈ ਹਿੰਦ, ਜੈ ਵਾਲਮੀਕਿ, ਜੈ ਭਾਰਤ, ਜੈ ਵਾਲਮੀਕਿ, ਹਰ ਹਰ ਵਾਲਮੀਕਿ। ਇਹ ਜਿਹੜਾ ਝੰਡਾ ਚੜ੍ਹਿਆ ਹੈ ਇਹ ਪਰੰਪਰਾ ਪੁਰਾਣੀ ਪਰੰਪਰਾ ਤੋਂ ਚੱਲਦਾ, ਪ੍ਰਾਚੀਨ ਕਾਲ ਤੋਂ ਚੱਲਦਾ ਆ ਰਿਹਾ ਲਾਲ ਝੰਡਾ। ਇਹ ਕਾਫੀ ਦੇਰ ਤੋਂ ਭਗਤ ਗੁਰੂ ਦਾਸ ਜੀ ਦੇ ਟਾਈਮ 'ਤੇ ਹੀ ਇਹ ਤੋਂ ਲਗਾਤਾਰ ਇਹ ਝੰਡਾ ਚੜ੍ਹਦਾ ਸੀ ਔਰ ਇਹਦੇ ਵਿੱਚ ਲੋਕਾਂ ਵਿੱਚ ਬੜਾ ਗੁੱਸਾ ਪਾਇਆ ਜਾਂਦਾ ਸੀ ਕਿ ਇਹ ਜਦ ਦੂਸਰੇ ਝੰਡੇ ਚੜ੍ਹਦੇ ਆ, ਝੰਡਾ ਤਾਂ ਲਾਲ ਹੀ ਪਰੰਪਰਾ ਵੀ ਗਿਣਿਆ ਜਾਂਦਾ। ਅਤੇ ਅੱਜ ਭਗਵਾਨ ਵਾਲਮੀਕਿ ਸਭਾ ਦੇ ਐਜ ਏ ਲਾਲ ਚੰਦ ਪੱਟੀ ਜਨਰਲ ਸਕੱਤਰ, ਆਪਣਾ ਚੇਅਰਮੈਨ ਪੰਜਾਬ ਆਪਣਾ ਜ਼ਿਲ੍ਹੇ ਦਾ, ਅਤੇ ਮੈਂ ਉਸ ਲੈਵਲ 'ਤੇ ਕਹਿ ਰਹਾਂ ਕਿ ਇਸ ਝੰਡੇ ਚੜ੍ਹਾਉਣ ਦੇ ਵਿੱਚ ਜਿਹੜੇ ਵੀ ਜਲੰਧਰ ਵਾਲੇ, ਅੰਮ੍ਰਿਤਸਰ ਵਾਲੇ, ਕਪੂਰਥਲੇ ਵਾਲੇ ਜਾਂ ਹੋਰ ਜਿੰਨੇ ਵੀ ਸ਼ਹਿਰ ਦਾ ਇੱਥੇ ਪਹੁੰਚੇ ਨੇ, ਮੈਂ ਭਗਵਾਨ ਵਾਲਮੀਕਿ ਸਭਾ ਨੂੰ ਸਭ ਦਾ ਧੰਨਵਾਦ ਵੀ ਕਰਦਾ ਹਾਂ ਔਰ ਜੈ ਵਾਲਮੀਕਿ, ਹਰ ਹਰ ਵਾਲਮੀਕਿ। ਮੈਂ ਰਿਸ਼ੂ ਆਦੀਆ, ਜ਼ਿਲ੍ਹਾ ਪ੍ਰਧਾਨ ਵਾਲਮੀਕਿ ਸਭਾ। ਅਤੇ ਅੱਜ ਦਾ ਜਿਹੜਾ ਫੰਕਸ਼ਨ, ਅੱਜ ਜਿਹੜਾ ਝੰਡਾ ਰਸਮ ਦੀ ਰਸਮ ਆਰੰਭ ਕੀਤੀ ਆ ਭਗਵਾਨ ਵਾਲਮੀਕਿ ਸਭਾ ਵੱਲੋਂ, ਇਹ ਅੱਜ ਤਾਂ ਅੱਜ ਕੀਤਾ ਗਿਆ ਵਾ ਕੁਛ ਸ਼ਰਾਰਤੀ ਅੰਸਰਾਂ ਵੱਲੋਂ ਇਸ ਆਸ਼ਰਮ ਵਿੱਚ ਆਪਣਾ ਨਿੱਜੀ ਆਫਿਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਅਤੇ ਇੱਥੇ ਨੀਲੇ ਝੰਡੇ ਲਾਤੇ ਗਏ ਸੀਗੇ। ਤੋ ਅੱਜ ਉਹਨੂੰ ਝੰਡਿਆਂ ਉਤਾਰ ਕੇ ਜੇ ਆਪਣਾ ਜਿਹੜਾ ਵਾਲੀ ਭਗਵਾਨ ਵਾਲੀ ਮਹਾਰਾਜ ਦਾ ਇਹ ਲਾਲ ਆਪਣਾ ਝੰਡਾ ਇੱਥੇ ਰਸਮ ਆਰੰਭ ਕੀਤੀ ਆ। ਇਹ 'ਚ ਵੱਖ ਵੱਖ ਸ਼ਖਸੀਆਂ ਆਈਆਂ, ਸਭ ਦਾ ਆਪਾਂ ਧੰਨਵਾਦ ਕਰਦੇ ਹਾਂ ਜਿੰਨੇ ਸਾਡੇ ਇੱਥੇ ਭਰਾ ਵੀਰ ਭਰਾ ਸਾਰੇ ਇੱਥੇ ਯੂਨਿਟੀ ਦਿਖਾਈ ਗਈ ਆ, ਆਪ ਸਭ ਦਾ ਧੰਨਵਾਦ ਕਰਦੇ ਹਾਂ। ਅੱਜ ਤਾਂ ਬਹੁਤ ਖੁਸ਼ੀ ਦਾ ਦਿਨ ਸੀਗਾ ਅਤੇ ਆਪਾਂ ਹੋਰ ਇਸ ਤੁਹਾਡੇ ਆਪਾਂ ਪ੍ਰੈਸ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਆਪਾਂ ਇੱਥੇ ਆਸ਼ਰਮ ਦੀ ਇੱਕ ਆਪਾਂ ਬਹੁਤ ਵੱਡੀ ਬੋੜੀ ਬਣਾਵਾਂਗੇ ਜਿਸ ਵਿੱਚ ਵੱਖ ਵੱਖ ਸਾਰੇ ਜਥੇਬੰਦੀਆਂ ਵਿੱਚ ਭਾਗ ਲੈਣਗੀਆਂ ਅਤੇ ਆਪਾਂ ਨਿਯੁਕਤੀਆਂ ਕਰਾਂਗੇ ਨਵੀਆਂ। ਤਾਂ ਸਾਰੇ ਇੰਨਾ ਕਹਿੰਦੇ ਜੈ ਵਾਲਮੀਕਿ, ਹਰੋ ਲਖਮੀ ਜੀ। ਮੈਂ ਤਜਿੰਦਰ ਭੰਡਾਰੀ, ਭਗਵਾਨ ਵਾਲਮੀਕਿ ਸਭਾ ਕਪੂਰਥਲਾ ਵੱਲੋਂ ਮੈਂ ਭਗਵਾਨ ਵਾਲਮੀਕਿ ਸਭਾ ਹੁਸ਼ਿਆਰਪੁਰ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਅੱਜ ਭਗਵਾਨ ਵਾਲਮੀਕਿ ਮਹਾਰਾਜ ਦਾ ਝੰਡਾ ਚੜ੍ਹਾ ਕੇ, ਇਸ ਤੋਂ ਪਹਿਲਾਂ ਜਿਸ 'ਤੇ ਤੁਹਾਨੂੰ ਸਾਰਿਆਂ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਨੀਲਾ ਝੰਡਾ ਚੜ੍ਹਾਇਆ ਸੀ, ਪਰੰਤੂ ਲੇਕਿਨ ਦੱਸਣਾ ਚਾਹੁੰਦਾ ਹਾਂ ਹਮੇਸ਼ਾ ਸ਼ੁਰੂ ਤੋਂ ਹੀ ਭਗਵਾਨ ਵਾਲਮੀਕਿ ਮਹਾਰਾਜ ਦਾ, ਸੰਤਾਂ ਮਹਾਂਪੁਰਸ਼ਾਂ ਦਾ ਹਮੇਸ਼ਾ ਹੀ ਭਗਵਾਂ ਝੰਡਾ ਰਿਹਾ ਹੈ ਜਾਂ ਲਾਲ ਝੰਡਾ ਰਿਹਾ ਹੈ। ਅੱਜ ਇਹ ਸਾਰੇ ਹੁਸ਼ਿਆਰਪੁਰ ਵਾਸੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਅੱਜ ਲਾਲ ਝੰਡਾ ਚੜ੍ਹਾ ਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਮਰਿਆਦਾ ਨੂੰ ਪੂਰਨ ਕੀਤਾ। ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ। ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕਿ ਮਹਾਰਾਜ ਕੀ ਜੈ। ਸਾਰਿਆਂ ਨੂੰ ਅੱਜ ਜੈ ਵਾਲਮੀਕਿ, ਜੈ ਭੀਮ, ਜੈ ਭਾਰਤ।
ਮੈਂ ਅਜੇਪਾਲ ਵਾਲਮੀਕਿ ਯੂਥ ਏਕਤਾ ਵਾਲਮੀਕਿ ਮਹਾਂਸਭਾ ਪੰਜਾਬ ਸੰਗਠਨ ਤੋਂ ਅੱਜ ਜੋ ਹੁਸ਼ਿਆਰਪੁਰ ਦੇ ਵਿੱਚ ਸਮੁੱਚੇ ਵਾਲਮੀਕਿ ਭਾਈਚਾਰੇ ਵੱਲੋਂ ਜੋ ਗੁਰੂ ਭਗਵਾਨ ਵਾਲਮੀਕ ਜੀ ਦਾ ਜੋ ਝੰਡਾ ਚੜ੍ਹਾਇਆ ਗਿਆ ਵਾ, ਜਿਸ ਦੇ ਵਿੱਚ ਵੱਖ ਵੱਖ ਸ਼ਹਿਰਾਂ ਤੋਂ ਵਾਲਮੀਕਿ ਭਾਈਚਾਰਾ ਇੱਥੇ ਪਹੁੰਚਿਆ ਵਾ, ਹੋਰ ਵੀ ਬਹੁਤ ਸੰਗਠਨ ਪਹੁੰਚੇ ਆ, ਹੁਸ਼ਿਆਰਪੁਰ ਦੀ ਟੀਮ ਨੂੰ ਅਸੀਂ ਬਹੁਤ ਮੁਬਾਰਕਬਾਦ ਦਿੰਦੇ ਹਾਂ ਕਿ ਇਹ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜਾਂ ਇੱਦਾਂ ਹੀ ਗੁਣਗਾਨ ਜਿਹੜੇ ਕਰਦੇ ਰਹਿਣ। ਸਾਰਿਆਂ ਨੂੰ ਜੈ ਵਾਲਮੀਕਿ, ਜੈ ਭੀਮ, ਜੈ ਭਾਰਤ। ਜੈ ਵਾਲਮੀਕਿ। ਹਰ ਹਰ ਵਾਲਮੀਕਿ ਦਾਸ, ਓਮ ਪ੍ਰਕਾਸ਼ ਗੱਬਰ, ਚੇਅਰਮੈਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ। ਅੱਜ ਅਸੀਂ ਧੰਨਵਾਦ ਕਰਦੇ ਹਾਂ ਹੁਸ਼ਿਆਰਪੁਰ ਵਾਲਿਆਂ ਦਾ, ਹੁਸ਼ਿਆਰਪੁਰ ਵਾਲਮੀਕਿ ਸਭਾ ਦਾ, ਸਾਰੇ ਹੁਸ਼ਿਆਰਪੁਰ ਨਿਵਾਸੀਆਂ ਦਾ, ਜਿਨ੍ਹਾਂ ਨੇ ਇੱਕ ਇਤਿਹਾਸ ਲਿਖਿਆ। ਕਿਉਂਕਿ ਭਗਵਾਨ ਵਾਲਮੀਕ ਮਹਾਰਾਜ ਦਾ ਝੰਡਾ ਨਰਾਲੇ ਰੰਗ ਦਾ, ਲਾਲ ਰੰਗ ਦਾ ਜੁਗਾ ਜੁਗਾਲ ਤੋਂ ਚੱਲਦਾ ਆ ਰਿਹਾ ਹੈ। ਤੀਰਥ 'ਤੇ ਵੀ ਲਾਲ ਰੰਗ ਦਾ ਝੰਡਾ ਚੜ੍ਹਿਆ। ਪਹਿਲਾਂ ਸਾਡੇ ਬਜ਼ੁਰਗ ਵੀ ਲਾਲ ਰੰਗ ਦਾ ਝੰਡਾ ਚੜ੍ਹਾਉਂਦੇ ਰਹੇ। ਇੱਕ ਨਵੀਂ ਸੰਸਥਾ ਬਣੀ ਜਿਹਨਾਂ ਆਪਣਾ ਨਿਸ਼ਾਨ ਰੱਖਿਆ ਸੀ ਨੀਲੇ ਰੰਗ ਦਾ ਝੰਡਾ, ਉਹਨਾਂ ਨੇ ਕਈਆਂ ਮੰਦਰਾਂ 'ਚ ਚੜ੍ਹਾਇਆ ਲੇਕਿਨ ਬਦਲਿਆ ਗਿਆ। ਅੱਜ ਵਾਲਮੀਕਿ ਆਸ਼ਰਮ ਹੁਸ਼ਿਆਰਪੁਰ ਵਿਖੇ ਲਾਲ ਰੰਗ ਦਾ ਝੰਡਾ ਚੜ੍ਹਾ ਕੇ ਹੁਸ਼ਿਆਰਪੁਰ ਵਾਲਿਆਂ ਨੇ ਸ਼ੁਰੂਆਤ ਕੀਤੀ ਹੈ। ਦਾਸ ਇਹਨਾਂ ਦਾ ਧੰਨਵਾਦ ਵੀ ਕਰਦਾ ਹੈ, ਇਹਨਾਂ ਨੂੰ ਲੱਖ ਲੱਖ ਵਧਾਈ ਵੀ ਦਿੰਦਾ ਹੈ। ਧੰਨਵਾਦ। ਜੈ ਵਾਲਮੀਕਿ। ਹਰ ਹਰ ਵਾਲਮੀਕਿ। ਸਾਡੇ ਅੱਜ ਵਾਲਮੀਕ ਸਭਾ ਨੇ ਹੁਸ਼ਿਆਰਪੁਰ ਨੇ ਬੱਬੂ ਪ੍ਰਧਾਨ ਜੀ ਉਹਨਾਂ ਨੇ ਜਿਹੜੀ ਇੱਕ ਕੰਮ ਕੀਤਾ ਬਹੁਤ ਵਧੀਆ ਕੀਤਾ। ਜਿਹੜਾ ਸਤਿਗੁਰੂ ਦਾ ਝੰਡਾ ਲਾਲ ਰੰਗ ਦਾ ਸੀ ਅਤੇ ਉਹ ਹੀ ਲਾਲ ਝੰਡਾ ਨੀਲਾ ਲਾ ਕੇ ਲਾਲ ਝੰਡਾ ਚੜ੍ਹਾ ਦਿੱਤਾ ਗਿਆ। ਸਾਰਾ ਹੁਸ਼ਿਆਰਪੁਰ ਖੁਸ਼, ਸਾਰਾ ਪੰਜਾਬ ਖੁਸ਼ ਆ ਵੀ ਜਿਹੜਾ ਨੀਲਾ ਚੋਲਾ ਅਤੇ ਜਾਂ ਨੀਲਾ ਝੰਡਾ ਗਾ ਉਹ ਮਹਾਰਾਜ ਦਾ ਨਹੀਂ ਹੈਗਾ, ਮਹਾਰਾਜ ਦਾ ਲਾਲ ਰੰਗ ਦਾ ਹੀ ਆ। ਭਜਨ ਵੀ ਲਿਖੇ ਗਏ ਨੇ ਅਤੇ ਸਮਾਜ ਪੂਰਾ ਇਹਨਾਂ ਦੇ ਨਾਲ ਖੜਿਆ। ਅਸੀਂ ਹੁਸ਼ਿਆਰਪੁਰ ਵਾਲਿਆਂ ਦਾ, ਸਾਰੀ ਸੰਸਥਾ ਦਾ ਧੰਨਵਾਦ ਕਰ ਰਹੇ ਹਾਂ ਵੀ ਸਾਨੂੰ ਅੰਮ੍ਰਿਤਸਰ ਤੋਂ ਸੱਦ ਕੇ ਵੀ ਸਾਨੂੰ ਝੰਡੇ ਦੀ ਰਸਮ ਕਰਨੀ ਪਈ ਅਤੇ ਅਸੀਂ ਧੰਨਵਾਦ ਕਰਨੇ ਵਾਰ ਵਾਰ ਇਹਨਾਂ ਦਾ। ਅੱਜ ਭਗਵਾਨ ਵਾਲਮੀਕਿ ਸਭਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸਾਡੇ ਪ੍ਰਧਾਨ ਤਰਸੇਮ ਲਾਲ ਬੱਬੂ ਜੀ ਦੀ ਅਧਿਕਸ਼ਤਾ ਦੇ ਵਿੱਚ ਭਗਵਾਨ ਵਾਲਮੀਕਿ ਆਸ਼ਰਮ ਹੁਸ਼ਿਆਰਪੁਰ ਦੇ ਵਿੱਚ ਝੰਡਾ ਚੜ੍ਹਾਇਆ ਗਿਆ ਵਾ ਕਿ ਉਸ ਝੰਡਾ ਚੜ੍ਹਾਉਣ ਦੇ ਦੌਰਾਨ ਸਾਡੇ ਭਗਵਾਨ ਵਾਲਮੀਕਿ ਆਸ਼ਰਮ ਅੰਮ੍ਰਿਤਸਰ ਦੇ ਧੂਣਾ ਟਰੱਸਟ ਦੇ ਚੇਅਰਮੈਨ ਗੱਬਰ ਪ੍ਰਧਾਨ ਜੀ, ਓਮ ਪ੍ਰਕਾਸ਼ ਗੱਬਰ ਜੀ ਅਤੇ ਜਿਹੜੇ ਸਾਡੇ ਕਾਰਪੋਰੇਸ਼ਨ ਆਫ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਵਾ ਸਾਡੇ ਬਿੱਟਾ ਭਾਅ ਜੀ ਅਤੇ ਟੋਨਾ ਭਾਅ ਜੀ ਤੋਂ ਹੋ ਜਲੰਧਰ ਤੋਂ ਰਵੀ ਭਗਾਣੀਆ ਜੀ, ਅਜੇਪਾਲ ਭਗਾਣੀਆ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ ਆ ਕਿ ਝੰਡਾ ਚੜ੍ਹਾ ਕੇ ਅੱਜ ਪ੍ਰਭੂ ਦੀ ਮੁਕਤੀ ਮਾਲਾ ਕੀਤੀ ਆ ਅੱਜ ਇੱਥੇ ਅਤੇ ਸਭ ਦੇ ਦੁੱਖ ਸੁੱਖ ਦੇ ਵਿੱਚ ਸਭ ਦੀ ਅਰਦਾਸ ਕੀਤੀ ਗਈ ਆ ਕਿ ਸੰਤ ਮਹਾਂਪੁਰਸ਼ ਪਹੁੰਚੇ ਇੱਥੇ ਅਤੇ ਸਾਰਿਆਂ ਦਾ ਇੱਥੇ ਮੈਂ ਪਹੁੰਚਣ 'ਤੇ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ। ਜੈ ਵਾਲਮੀਕਿ। ਹਰ ਵਾਲਮੀਕਿ।